ਪਾਸੇ ਖਾਲਸਾ ਕਾਲਜ ਦੀ 83 ਸਾਲ ਪੁਰਾਣੀ ਸਿੱਖ ਖੋਜ ਲਾਇਬ੍ਰੇਰੀ ਦਾ ਵੀ ਆਪਣਾ ਇੱਕ ਵੱਖਰਾ ਇਤਿਹਾਸ ਹੈ। ਲਾਇਬ੍ਰੇਰੀ ਵਿੱਚ ਕੁੱਲ 6274 ਕਿਤਾਬਾਂ ਨੇ, ਜਿਨ੍ਹਾਂ ਵਿੱਚ 16ਵੀਂ ਤੇ 17ਵੀਂ ਸ਼ਤਾਬਦੀ ਦੀਆਂ ਕਿਤਾਬਾਂ ਵੀ ਮੌਜੂਦ ਨੇ। 442 ਤੋਂ ਵੱਧ ਕਿਤਾਬਾਂ ਅੰਗਰੇਜ਼ੀ, ਪਾਰਸੀ, ਸੰਸਕ੍ਰਿਤ ਅਤੇ ਉਰਦੂ ਵਿੱਚ ਹਨ। ਸਿੱਖ ਇਤਿਹਾਸਿਕ ਦਸਤਾਵੇਜ਼ਾਂ ਤੋਂ ਇਲਾਵਾ ਇੱਥੇ ਖਾਲਸਾ ਆਰਮੀ ਅਤੇ ਸਿੱਖ ਜੰਗਾਂ ਨਾਲ ਸੰਬੰਧਿਤ ਬਹੁਤ ਸਾਰੀ ਲਿਖਤ ਸਮੱਗਰੀ ਅਤੇ ਪੁਰਾਣੇ ਹਥਿਆਰ ਵੀ ਸੰਭਾਲ ਕੇ ਰੱਖੇ ਹੋਏ ਨੇ। ਮਿਊਜ਼ੀਅਮ ਵਿੱਚ ਸਿੱਖ ਵਿਦਵਾਨਾਂ ਅਤੇ ਸਿੱਖ ਰਾਜ, ਜਿਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਸਿੱਖ ਜਰਨੈਲਾਂ ਦੀਆਂ ਦੁਰਲੱਭ ਤਸਵੀਰਾਂ ਵੀ ਮਿਊਜ਼ੀਅਮ ਵਿੱਚ ਸੁਸ਼ੋਭਿਤ ਨੇ। ਇਸ ਸਿੱਖ ਖੋਜ ਲਾਇਬ੍ਰੇਰੀ ਵਿੱਚ ਕੁਝ ਅਜਿਹੇ ਦਸਤਾਵੇਜ਼ ਵੀ ਨੇ ਜੋ ਦੁਨੀਆ ਵਿੱਚ ਹੋਰ ਕਿਧਰੇ ਵੀ ਮੌਜੂਦ ਨਹੀਂ। ਖਾਲਸਾ ਕਾਲਜ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ ਇੱਥੇ ਮੁਹੰਮਦ ਜਮਾਲ ਦੁਆਰਾ ਲਿਖਿਆ ਸ਼ਾਹਨਾਮਾ ਵੀ ਸੰਭਾਲ ਕੇ ਰੱਖਿਆ ਗਿਆ, ਜਿਨ੍ਹਾਂ ਦੀ ਗਿਣਤੀ ਦੁਨੀਆ ਵਿੱਚ ਸਿਰਫ 3 ਹੈ। ਤੇ ਹੁਣ ਇਸ ਦੁਰਲੱਭ ਖਜ਼ਾਨੇ ਬਾਰੇ ਮਿਊਜ਼ੀਅਮ ਵਿੱਚ ਆਉਣ ਦੀ ਲੋੜ ਨਹੀਂ, ਬਲਕਿ ਹਰ ਕੋਈ ਘਰ ਬੈਠ ਕੇ ਸਾਰੀ ਜਾਣਕਾਰੀ ਹਾਸਲ ਕਰ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਸਿੱਖ ਹਿਸਟਰੀ ਸੈਂਟਰ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਹੈ ਔਰ ਸਾਡੀ ਸਾਰੀ ਮੈਨੇਜਮੈਂਟ ਨੂੰ, ਸਾਡੇ ਸਟਾਫ ਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਹਦੀ ਸੇਵਾ ਸੰਭਾਲ ਜਿਹੜੀ ਹੈ ਉਹ ਕਰ ਸਕੇ। ਅਸੀਂ ਇਹਨੂੰ ਇੰਟਰਨੈਟ 'ਤੇ ਪਾਉਣ ਜਾ ਰਹੇ, ਕੁਛ ਦਿਨਾਂ ਤੱਕ ਅਸੀਂ ਪਾ ਦਾਂਗੇ, ਇੰਟਰਨੈਟ 'ਤੇ ਇਹਦੀ ਐਕਸੈਸ ਹੋਏਗੀ, ਲੇਕਿਨ ਕੋਈ ਆਦਮੀ ਦਾ ਪ੍ਰਿੰਟ ਨਹੀਂ ਲੈ ਸਕੇਗਾ, ਉਹਦਾ ਸਾਡੇ ਕੋਲ ਕੋਡ ਹੋਏਗਾ, ਲੇਕਿਨ ਇਹਦੇ ਤੁਸੀਂ ਕੋਈ ਆਦਮੀ ਖੋਲ੍ਹ ਕੇ ਪੜ੍ਹ ਸਕਦਾ, ਦੇਖ ਸਕਦਾ। ਸਿੱਖ ਇਤਿਹਾਸ ਦੇ ਇਹ ਅਹਿਮ ਦਸਤਾਵੇਜ਼ ਕਈ ਸਾਲ ਪੁਰਾਣੇ ਨੇ ਤੇ ਇਹਨਾਂ ਨੂੰ ਖਾਲਸਾ ਕਾਲਜ ਪ੍ਰਸ਼ਾਸਨ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਸੰਭਾਲਿਆ ਗਿਆ ਸੀ। ਸਿੱਖ ਇਤਿਹਾਸ ਖੋਜ ਵਿਭਾਗ ਦੇ ਮੁਖੀ ਇੰਦਰਜੀਤ ਸਿੰਘ ਦੇ ਮੁਤਾਬਿਕ ਇਹ ਇਤਿਹਾਸਿਕ ਦਸਤਾਵੇਜ਼, ਹਸਤਲਿਖਤਾਂ ਅਤੇ ਪੁਰਾਣੇ ਅਖ਼ਬਾਰ ਇੰਨੇ ਪੁਰਾਣੇ ਹੋ ਗਏ ਸਨ ਕਿ ਇਹਨਾਂ ਨੂੰ ਸੰਭਾਲਣਾ ਮੁਸ਼ਕਿਲ ਸੀ। ਹਰ ਸਾਲ ਦੁਨੀਆ ਭਰ ਤੋਂ ਹਜ਼ਾਰਾਂ ਹੀ ਖੋਜ ਵਿਦਿਆਰਥੀ ਤੇ ਸਿੱਖ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਲੋਕ ਇੱਥੇ ਆ ਕੇ ਮਿਊਜ਼ੀਅਮ ਵਿੱਚ ਇਸ ਖਜ਼ਾਨੇ ਨੂੰ ਵਿਦਿਅਕ ਗਿਆਨ ਵਾਸਤੇ ਵਰਤਦੇ ਨੇ, ਪਰ ਪੁਰਾਤਨ ਹੋਣ ਕਰਕੇ ਹਰ ਕਿਸੇ ਨੂੰ ਇਹ ਦੁਰਲੱਭ ਸਮੱਗਰੀ ਮੁਹੱਈਆ ਕਰਵਾ ਪਾਉਣਾ ਸੰਭਵ ਨਹੀਂ ਸੀ, ਜਿਸ ਕਰਕੇ ਇਸ ਦੁਰਲੱਭ ਖਜ਼ਾਨੇ ਨੂੰ ਡਿਜੀਟਲਾਈਜ਼ ਕਰਨ ਬਾਰੇ ਸਲਾਹ ਦਿੱਤੀ ਗਈ। ਇਹਨਾਂ ਖਰੜਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਹੈ, ਰਮਾਇਣ ਮਹਾਂਭਾਰਤ ਵੀ ਹੈ, ਦਸਮ ਗ੍ਰੰਥ ਵੀ ਹੈ ਔਰ ਸ਼ਾਹਨਾਮਾ ਵੀ ਹੈ। ਇਹ ਵੱਖ ਵੱਖ ਧਰਮਾਂ ਨਾਲ ਰਿਲੇਟਡ ਜਿਹੜੇ ਆ ਖਰੜੇ ਹੈਗੇ ਆ ਔਰ ਇਸ ਤੋਂ ਸਿਵਾ ਇਹ ਪੁਰਾਤਨ ਸ਼ਾਸਤਰ ਨੇ, ਪੁਰਾਤਨ ਸਿੱਕੇ ਆ, ਤਾਂ ਵਿਸ਼ੇਸ਼ ਕਰਕੇ 1904 ਤੋਂ ਲੈ ਕੇ ਨਿਊਜ਼ ਪੇਪਰ ਨੇ ਏਜੰਡਾ ਦੱਸ ਦਿੱਤਾ ਜਾਵੇਗਾ ਵੀ ਇਹਨੂੰ ਕਿਸ ਤਰ੍ਹਾਂ ਕੋਈ ਸਟੱਡੀ ਕਰ ਸਕਦਾ, ਪੜ੍ਹ ਸਕਦਾ। ਤਾਂ ਇਹ ਸਮੁੱਚੀ ਜਿਹੜੀ ਸਹੂਲਤ ਹੈ ਇਹਦੇ ਲਈ ਸਾਡੀ ਜਿਹੜੀ ਚੈਰੀਟੇਬਲ ਸੋਸਾਇਟੀ ਆ ਉਹ ਇਸ ਲਈ ਧੰਨਵਾਦ ਦੀ ਪਾਤਰ ਹੈਗੀ ਆ। ਇਸ ਉਪਲਬਧੀ ਨੂੰ ਜਿੱਥੇ ਕਾਲਜ ਪ੍ਰਸ਼ਾਸਨ ਇੱਕ ਵੱਡੀ ਪਹਿਲਕਦਮੀ ਦੱਸ ਰਿਹਾ ਹੈ, ਉੱਥੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਵੀ ਕਾਲਜ ਪ੍ਰਸ਼ਾਸਨ ਦੇ ਇਸ ਕਦਮ ਦੀ ਤਾਰੀਫ ਕਰ ਰਹੇ ਨੇ। ਇਹ ਬਹੁਤ ਵੱਡੀ ਗੱਲ ਹੈ ਕਿ ਜੋ ਪੁਰਾਣਾ ਤਸਵੀਰਾਂ ਸੀ, ਜੋ ਪੁਰਾਣਾ ਇਤਿਹਾਸ ਸੀ, ਉਹ ਅੱਜ ਵੀ ਖਾਲਸਾ ਕਾਲਜ ਵਿੱਚ ਸੰਭਾਲ ਕੇ ਰੱਖਿਆ ਹੋਇਆ ਵਾ। ਤੇ ਇਹ ਬਹੁਤ ਵੱਡੀ ਗੱਲ ਆ ਕਿ ਇਹੋ ਜਿਹੀਆਂ ਤਸਵੀਰਾਂ ਕਿਤੇ ਨੈਟ ਤੇ ਵੀ ਆਪਾਂ ਨੂੰ ਵੇਖਣ ਨੂੰ ਨਹੀਂ ਮਿਲ ਰਹੀਆਂ, ਜੋ ਕਿ ਇੱਥੇ ਆਪਾਂ ਨੂੰ ਸਰੂਪ ਵੇਖਣ ਨੂੰ ਮਿਲ ਰਹੇ ਆ। ਇੰਨੇ ਜ਼ਿਆਦਾ ਜਿਹੜੇ ਨਿਊਜ਼ ਪੇਪਰ ਅਸੀਂ ਸਾਂਭ ਸਾਂਭ ਕੇ ਰੱਖੇ ਆ ਉਹ ਇੰਨੇ ਜ਼ਿਆਦਾ ਕਿ ਖਰਾਬ ਹੋ ਚੁੱਕੇ ਆ ਕਿ ਜੇ ਆਪਾਂ ਨੂੰ ਫੜੀਏ ਤੇ ਉਹ ਫਟਣ ਤੇ ਜਾਂਦੇ ਆ, ਤੇ ਇਸ ਕਰਕੇ ਪੜ੍ਹਨ ਵਿੱਚ ਬਹੁਤ ਮੁਸ਼ਕਲ ਆਉਂਦੀ ਤੇ ਕਈ ਲੋਕਾਂ ਨੂੰ ਬੜੇ ਬੜੇ ਦੂਰਾਂ ਵਿਦੇਸ਼ਾਂ ਤੋਂ ਇੱਥੇ ਆਣ ਕੇ ਰਹਿਣਾ ਪੈਂਦਾ ਵਾ। ਇਸ ਕਰਕੇ ਜਿਹੜੀ ਖਾਲਸਾ ਕਾਲਜ ਦੀ ਚੈਰੀਟੇਬਲ ਸੁਸਾਇਟੀ ਨੇ ਇਸ ਨੂੰ ਨੈਟ ਤੇ ਜਿਹੜਾ ਕੀਤਾ ਵਾ ਇਹਨੂੰ ਕੀਤਾ ਵਾ, ਜਿਹੜਾ ਵੀ ਹੈਗਾ ਉਹ ਘਰ ਬੈਠੇ ਨੂੰ ਸਾਰੇ ਦੇਖ ਸਕਦੇ ਆ, ਕਿਸੇ ਨੂੰ ਆਉਣ ਜਾਣ ਦੀ ਕੋਈ ਪ੍ਰੋਬਲਮ ਨਹੀਂ। ਇੱਕ ਬਹੁਤ ਵਧੀਆ ਤਰੀਕਾ ਖਾਲਸਾ ਕਾਲਜ ਨੇ ਜਿਹੜਾ ਵਾ ਉਹ ਸਟਾਰਟ ਕੀਤਾ ਵਾ। ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਸਾਰੇ ਇਤਿਹਾਸ ਨੂੰ ਡਿਜੀਟਲਾਈਜ਼ ਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਜਲਦ ਹੀ ਇਹ ਸਾਰੇ ਇਤਿਹਾਸਿਕ ਦਸਤਾਵੇਜ਼ ਇੰਟਰਨੈਟ ਤੇ ਵੀ ਅਪਲੋਡ ਕਰ ਦਿੱਤੇ ਜਾਣਗੇ। ਇਸ ਇਤਿਹਾਸਿਕ ਸਮੱਗਰੀ ਬਾਰੇ ਜਿੱਥੇ ਲੋਕਾਂ ਨੂੰ ਘਰ ਬੈਠੇ ਜਾਣਕਾਰੀ ਮਿਲੇਗੀ, ਉੱਥੇ ਇਸ ਉਪਰਾਲੇ ਸਦਕਾ ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਇਤਿਹਾਸ ਬਾਰੇ ਕਦੇ ਵੀ ਤੇ ਕਿਤੇ ਵੀ ਜਾਣੂ ਹੋ ਸਕਣਗੀਆਂ।